ਅਸਲਾਮ ਵਾਲੇਕੁਮ ਨਾਜ਼ਰੀਨ, ਅੱਜ ਅਸੀਂ RF ਵਾਲੇ ਪੁਰਾਣੇ ਟਿਊਬਲ 'ਤੇ ਆਏ ਹਾਂ। ਪੁਰਾਣੇ ਟਿਊਬਲ ਦੇ ਨਾਮ ਤੋਂ ਜਾਣਿਆ ਜਾਂਦਾ। ਅਸੀਂ ਤੁਹਾਨੂੰ ਦਿਖਾਉਂਦੇ ਹੁਣ ਜਾ ਕੇ ਅੱਗੇ, ਨਾਲੇ ਖੁਦ ਦੇਖਦੇ ਹਾਂ। ਇਹਦੇ ਕਾਫੀ ਟੁੱਟੇ ਹੋਏ ਘਰ ਵੀ ਆਏ ਨੇ। ਇਹ ਤੁਸੀਂ ਦੇਖ ਸਕਦੇ ਜੇ ਹੁਣ ਅਸੀਂ ਇਹਨਾਂ ਦੇ ਅੰਦਰ ਜਾਂਦੇ ਹਾਂ। ਹੁਣ ਅਸੀਂ ਇਸ ਘਰ ਦੇ ਅੰਦਰ ਆ ਗਏ। ਤੁਸੀਂ ਦੇਖ ਸਕਦੇ ਜੇ ਉੱਪਰ ਵੀ ਹੁਣ ਇਸ ਕੋਠੇ ਦੀ ਛਾਤੀ ਥੱਲੇ ਡਿੱਗੀ ਹੋਈ। ਤੁਸੀਂ ਦੇਖ ਸਕਦੇ ਅਸੀਂ ਇਸ ਕੋਠੇ ਹੁਣ ਵਾਪਸ ਜਾ ਰਹੇ ਹਾਂ। ਦੇਖ ਸਕਦੇ ਮਿੱਟੀ ਦੇ ਟਿੱਬੇ ਟਿੱਬੇ ਵੀ ਬਹੁਤ ਵੱਡੇ ਵੱਡੇ ਨੇ ਇੱਥੇ। ਕੋਠੇ ਦੀ ਇੱਕ ਪਿਛਲੀ ਸਾਈਡ 'ਤੇ ਇੱਕ ਦਰਖਤ ਹੈ, ਕਹਿੰਦੇ ਕਾਫੀ ਡਰਾਉਣਾ ਹੈ ਵਾਲਾ ਦਰਖਤ। ਤੁਸੀਂ ਦੇਖ ਸਕਦੇ ਜੀ ਉਹੀ ਦਰਖਤ ਹੈ। ਤੁਸੀਂ ਇਹ ਦੇਖ ਸਕਦੇ ਜੀ ਕਿ ਦਰਖਤ ਦੇ ਵਿੱਚ ਖੜਕਾ ਵੀ ਹੋ ਰਿਹਾ ਹੈ। ਇਸ ਤਰ੍ਹਾਂ ਜਿਸ ਤਰ੍ਹਾਂ ਕੋਈ ਦਰਖਤ ਤੋਂ ਥੱਲੇ ਛਾਲਾ ਮਾਰਦਾ ਪਿਆ। ਤੁਸੀਂ ਦੇਖ ਸਕਦੇ ਜੇ ਸੁਣ ਵੀ ਸਕਦੇ ਜੇ ਖੜਕਾ ਹੋ ਰਿਹਾ, ਇਹ ਤੋਂ ਪਿੱਛੋਂ ਆਵਾਜ਼ਾਂ ਵੀ ਆ ਰਹੀਆਂ। ਅਸੀਂ ਇੱਥੋਂ ਚੱਲਣੇ
ਇੱਥੇ ਇੱਕ ਹੋਰ ਕੋਠਾ ਹੈ ਲੇਕਿਨ ਉਹਨੂੰ ਤਾਲਾ ਵੱਜਿਆ ਹੈ, ਇਹ ਤੁਸੀਂ ਦੇਖ ਸਕਦੇ ਜੇ, ਅਸੀਂ ਇਹਦੇ ਅੰਦਰ ਨਹੀਂ ਜਾ ਸਕਦੇ। ਇਸ ਕੋਠੇ ਦੀ ਪਿਛਲੀ ਸਾਈਡ 'ਤੇ ਉਹ ਦਰਖਤ ਹੈ। ਅਸੀਂ ਹੁਣ ਇੱਥੋਂ ਬਾਹਰ ਚੱਲੇ ਹਾਂ। ਇਸ ਤਰ੍ਹਾਂ ਕੋਈ ਇੱਥੇ ਸ਼ਾਇਦ ਇੱਥੇ ਸਾਨੂੰ ਮਹਿਸੂਸ ਹੋ ਰਹੀ ਹੈ, ਅਸੀਂ ਇੱਥੇ ਚੱਲੇ ਹਾਂ। ਕਾਫੀ ਖੜਕਾ ਵੀ ਹੋ ਰਿਹਾ। ਉੱਧਰ ਕੈਮਰਾ ਕਰੋ, ਉੱਧਰ ਕੈਮਰਾ ਕਰੋ। ਇਸ ਤਰ੍ਹਾਂ ਲੱਗ ਰਿਹਾ ਕਿ ਸਾਡੇ ਉੱਪਰ ਕਿਸੇ ਸ਼ਾਇਦ ਨੇ ਹਮਲਾ ਕੀਤਾ। ਲੇਕਿਨ ਉਹ ਨਜ਼ਰ ਨਹੀਂ ਆ ਰਹੀ ਜਿਹੜੀ ਵੀ ਸ਼ਾਇਦ ਉਹ ਤੁਸੀਂ ਆ ਦੇਖ ਸਕਦੇ ਜੇ। ਇੱਥੇ ਥੋੜ੍ਹੀ ਦੇਰ ਪਹਿਲੇ ਇੱਥੇ ਹੀ ਅਸੀਂ ਖੜ੍ਹੇ ਸੀ ਅਤੇ ਇੱਥੇ ਸਾਨੂੰ ਵੱਟੇ ਵੱਜੇ ਨੇ ਸਾਡੇ ਉੱਤੇ ਆ ਕੇ, ਅਤੇ ਅਸੀਂ ਇੱਥੋਂ ਇਸ ਤਰ੍ਹਾਂ ਲੱਗਦਾ ਕੁਛ ਐਂ ਹੀ ਭੱਜ ਕੇ ਇੱਧਰ ਨੂੰ ਗਈ ਹੈ। ਅਸੀਂ ਦੁਬਾਰਾ ਫਿਰ ਅੰਦਰ ਚੱਲੇ ਹਾਂ, ਦੇਖਦੇ ਅੰਦਰ ਜਾ ਕੇ ਕੀ ਸ਼ਾਇਦ। ਅਸੀਂ ਇੱਥੋਂ ਨਿਕਲਦੇ ਹਾਂ, ਅੰਦਰ ਕਾਫੀ ਖਤਰਾ ਹੈਗਾ। ਨਾਜ਼ਰੀਨ ਹੁਣ ਤੁਹਾਨੂੰ ਉਹ ਟੂਵਲ ਦਿਖਾਉਂਦੇ ਹਾਂ ਜਿਹੜਾ ਪੁਰਾਣੇ ਨਾਮ ਤੋਂ ਜਾਣਿਆ ਜਾਂਦਾ, ਪੁਰਾਣਾ ਟੂਵਲ। ਅਸੀਂ ਉਸ ਰਸਤੇ 'ਚ ਜਾ ਰਹੇ ਹਾਂ। ਤੁਸੀਂ ਆਹ ਵੇਖ ਸਕਦੇ ਜੇ ਕਾਫੀ ਬੇਰੀ ਵੀ ਹੈਗੀ ਹੈ ਇੱਥੇ ਕਣੀ। ਤੁਸੀਂ ਆਹ ਦੇਖ ਸਕਦੇ ਜੇ ਬੇਰੀ। ਹੁਣ ਅਸੀਂ ਅੱਗੇ ਚੱਲਦੇ ਹਾਂ ਟੂਰ ਵਾਲੀ ਸਾਈਡ 'ਤੇ। ਇੱਥੇ ਕਾਫੀ ਪੁਰਾਣਾ ਪਿੱਪਲ ਵੀ ਲੱਗਿਆ ਹੋਇਆ, ਤੁਹਾਨੂੰ ਦਿਖਾਉਂਦੇ ਹਾਂ। ਇਹ ਤੁਸੀਂ ਦੇਖ ਸਕਦੇ ਜੋ ਪਿੱਪਲ ਹੈਗਾ ਪੁਰਾਣਾ।
ਹੁਣ ਅਸੀਂ ਟੋਲ ਵਾਲੀ ਸਾਈਡ ਤੇ ਚੱਲਨੇ। ਤੁਸੀਂ ਦੇਖ ਸਕਦੇ ਜੇ ਉਹੀ ਪੁਰਾਣਾ ਟਿਊਬਵੈਲ ਹੈ। ਇਹਦੇ ਉੱਤੇ ਕਾਫੀ ਵੱਡਾ ਬੋਰਡ ਵੀ ਲੱਗਿਆ ਹੈ। ਹੁਣ ਅਸੀਂ ਇਹਦੀ ਦੂਸਰੀ ਸਾਈਡ ਤੇ ਜਾਂਦੇ ਹਾਂ। ਟਿਊਬਵੈਲ ਵਾਲਾ ਕਮਰਾ ਹੈ ਜਿੱਥੇ ਇਹਦਾ ਬਿਜਲੀ ਵਾਲਾ ਬੋਰਡ ਬੋਰਡ ਲੱਗਿਆ ਹੈ ਅੰਦਰ, ਤੁਸੀਂ ਦੇਖ ਸਕਦੇ ਜੀ। ਨਾਜ਼ਰੀਨ ਹੈ ਉਹ ਬੋਰਡ ਆ ਗਿਆ, ਕਿੰਨੀਆਂ ਚਾਹਾਂ ਟਿਊਬਵੈਲ ਦੇ ਉੱਪਰ ਜਾ ਰਹੀਆਂ ਨੇ। ਦੇਖ ਸਕਦੇ ਜੇ ਅਸੀਂ ਤਾਂ ਰਾਤ ਦੇ ਟਾਈਮ ਇੱਥੇ ਫਿਰ ਰਹੇ, ਲੋਕ ਇੱਥੇ ਦਿਨ ਦੇ ਟਾਈਮ ਵੀ ਨਹੀਂ ਆਉਂਦੇ। ਇਹ ਤੁਸੀਂ ਦੇਖ ਸਕਦੇ ਜੇ ਬੋਰਡ ਦੀਆਂ ਟਾਹਣੀਆਂ ਖੁਦ ਬਖੁਦ ਹਿੱਲਣ ਲੱਗ ਗਈਆਂ, ਅਚਾਨਕ ਰੁਕ ਵੀ ਗਈ ਹੈ। ਹੁਣ ਟਿਊਬਵੈਲ ਦੀ ਅਸੀਂ ਤੁਹਾਨੂੰ ਦੂਸਰੀ ਸਾਈਡ ਦਿਖਾਉਂਦੇ ਹਾਂ, ਅੱਗੇ ਚਲੋ। ਹੁਣ ਅਸੀਂ ਟਿਊਬਵੈਲ ਦੀ ਦੂਸਰੀ ਸਾਈਡ 'ਤੇ ਆ ਗਏ। ਇਹ ਟਿਊਬਵੈਲ ਵਾਲਾ ਖੱਡਾ ਹੈ, ਇਹਦੇ 'ਚ ਇਸ ਟਾਈਮ ਵੀ ਪਾਣੀ ਹੈਗਾ। ਅਸੀਂ ਅੱਗੇ ਜਾ ਕੇ ਦੇਖਦੇ ਉੱਥੇ ਕੌਣ ਰੋ ਰਿਹਾ। ਆਦਰੀ ਅਸੀਂ ਉੱਥੇ ਆ ਗਏ ਜਿੱਥੇ ਰੋਣ ਦੀਆਂ ਆਵਾਜ਼ਾਂ ਆ ਰਹੀਆਂ, ਲੇਕਿਨ ਅੱਗੇ ਐਂ ਕੋਈ ਸ਼ੈ ਨਹੀਂ ਹੈਗੀ ਉੱਥੇ।
ਅਸੀਂ ਇੱਥੋਂ ਨਿਕਲਨੇ ਆ ਕਿਉਂਕਿ ਕਾਫੀ ਇੱਥੇ ਅੱਗੇ ਜੰਗਲ ਜਿਹਾ ਵੀ ਆਇਆ ਤੇ ਕਾਫੀ ਡਰਾਉਣਾ ਮਾਹੌਲ ਹੈਗਾ ਅੱਗੇ। ਅਸੀਂ ਇੱਥੋਂ ਵਾਪਸ ਚੱਲਨੇ ਆ। ਹੁਣ ਅਸੀਂ ਨਾਦਰੀ ਨੇ ਇੱਥੋਂ ਵਾਪਸ ਚੱਲਨੇ ਕਿਉਂਕਿ ਕਾਫੀ ਇੱਥੇ ਖਤਰਾ ਵੀ, ਰਾਤ ਵੀ ਕਾਫੀ ਹੋ ਚੁੱਕੀ ਹੈ ਤੇ ਅਸੀਂ ਹੁਣ ਵਾਪਸ ਚੱਲਨੇ ਇੱਥੋਂ।